गुड मॉर्निंग जी, की हाल चाल? अज साडा मैच पिंड बलोचक बिगोवाल, अज असीं खेडण आ गए मैच। ਉਹਦੇ ਵਿੱਚ ਬੇਟੀ ਬਚਾਓ ਬੇਟੀ ਪੜਾਓ, ਸਾਨੂੰ ਤਾਂ ਕੁਝ ਪਤਾ ਵੀ ਨਹੀਂ ਹੈਗਾ। ਸਾਡੇ ਸੰਨੀ ਭਰਾ ਨੇ ਫੋਨ ਕੀਤਾ ਸੀ, ਕਹਿੰਦਾ ਤੁਹਾਡਾ ਮੈਚ ਹੈ, ਸਵੇਰੇ ਪਹੁੰਚ ਜਾਓ ਟਾਈਮ ਨਾਲ। ਇਹਨੂੰ ਸਾਨੂੰ ਗਾਲਾਂ ਕੱਢਣ ਜੀ ਕਰਦਾ ਇਹਨੂੰ ਬੰਦੇ ਨੂੰ, ਇਹਦੇ ਲੋਕ ਕਿਤੇ ਭਾਜੀ ਆਪਾਂ ਖੇਡਣ ਨਹੀਂ ਆਉਣਾ। ਸਹੀ ਗੱਲ ਹੈ, ਇੱਕ ਟਾਈਮ ਸਿਰ ਤਨਖਾਹ ਵੀ ਨਹੀਂ ਹੁੰਦਾ ਹੈਗਾ ਭਰਾਵਾ। ਸਹੀ ਗੱਲ, ਮੇਰੇ 3 ਮਹੀਨੇ ਤਨਖਾਹ ਦੱਬ ਕੇ ਬੈਠਾ ਹੈ। ਇਹ ਭਾਜੀ ਮੈਂ ਕਿਹਾ ਲੋੜ ਪੈਣੀ, ਇੱਥੇ ਗਰਮੀ ਹੋਣੀ ਬਾਅਦ ਚੋਂ, ਤਾਂ ਕਰਕੇ ਅਤੇ ਮੈਚ ਸ਼ੁਰੂ ਹੋਣ ਲੱਗਾ। ਗਰਾਊਂਡ ਇੰਨੀ ਖਾਸ ਨਹੀਂ ਹੈਗੀ, ਗਰਾਊਂਡ ਇੱਦਾਂ ਹੀ ਹੈ। ਚਲੋ ਮੈਂ ਕਿਹਾ ਹੁਣ ਆ ਤਾਂ ਗਿਆ, ਹੁਣ ਖੇਡ ਕੇ ਜਾਵਾਂਗੇ। ਦੇਖੀ ਕਿਦਾਂ ਫੋਨ ਆਉਂਦਾ, ਇੱਕ ਮਿੰਟ ਯਾਰ, ਬੋਲਾਂ ਦੀ ਨੋ ਬੋਲ ਨਹੀਂ ਹੈਗੀ ਭਰਾਵਾ। ਓ ਬਾਬਾ ਚੱਲ ਮਾਨਿਆ, ਇੱਕ ਮਿੰਟ ਹੋ ਜਾ ਕਰ। ਸਾਡੀ ਬੈਟਿੰਗ ਆਈ ਹੈ, ਸਾਡੇ 2 ਬੈਟਸਮੈਨ ਆ, ਬੈਟਿੰਗ ਕਰਨ ਲੱਗੇ ਨੇ। ਆ ਜਾ ਵੱਡੇ ਸਕੂਲੇ ਯਾਰ, ਮੈਂ ਕਹਾਂ ਵੱਡੇ ਸਕੂਲੇ ਆ ਜਾ, ਕਿੱਲੇ ਮਾਰਨ ਨੂੰ ਕਿਹੜਾ ਬਾਹਰ ਛੱਡ ਦੇ। ਚਲ ਠੀਕ ਹੈ ਤੇ ਸਾਰੇ ਫੋਨ ਦੇ ਚੱਕੋ ਫਿਰ। ਕੀ ਬਣ ਗਿਆ ਤੇ 2 ਆ ਗਏ, ਗੇਂਦ ਗਈ ਪਿੱਛੇ। ਓਏ ਬੋਲ ਥੱਲੇ ਰਹਿ ਗਈ। ਇੱਕ ਓਵਰ 3 ਸਕੋਰ। ਨੋ ਬਾਲ, ਪਿੱਛੇ ਪੈਲੀ ਹੈ, ਪੈਲੀ 'ਚ ਪਾਣੀ ਲੱਗਾ, ਗਰਾਊਂਡ ਛੋਟੀ ਹੈ। ਆ ਸ਼ੋਟ ਬੋਲ ਦੇਖ ਲੈ ਕਿਹੜ ਚ ਹੈਗੀ, ਹੋਰ ਕਿਹੜੀ ਯਾਰ, ਦੀ ਬੋਲਾਂ ਤੇ ਦੇਖ ਕੇ ਲੈਣੀ, ਇੱਕ ਬੋਲ ਨਾਲ ਕੀ ਕਰਨਾ, ਇੱਕ ਬੋਲ ਨਾਲ ਗੱਲ ਹੀ ਨਹੀਂ ਬਣਨੀ ਯਾਰ, ਬੋਲਾਂ ਦਾ ਆਵੋ ਨਾ। ਬਾਹਰ ਚੱਲ ਗਈ, 2 ਹੋ ਗਏ ਫਿਰ। ਅੱਛਾ ਇੱਕ ਹੀ ਇੱਥੇ ਯਾਰ, ਬੋਲਾਂ ਤਾਂ ਲਿਆਣੀਆਂ ਸੀ। 2 ਓਵਰ 11 ਸਕੋਰ। ਤੂੰ ਫੋਨ ਚ ਬੜਿਆ ਏ, ਆ ਸ਼ੋਟ ਬਾਹਰ ਬਾਹਰ, 200 ਰੁਪਇਆ ਡੇਕਣਾ ਪਈ ਪਿੱਛੇ ਪੈਲੀ ਹੈ, ਪੱਠੇ ਲਾਏ ਪਿੱਡੀ ਚ। ਭਾਈ ਨੇ ਛੱਕਾ ਮਾਰਿਆ, ਗੇਂਦ ਚਲੇ ਗਈ ਗਰਾਊਂਡ ਤੋਂ ਬਾਹਰ। ਫਾਈਨਲ ਔਰ ਨਾਈਟ ਮੈਚ, ਨਾਈਟ ਮੈਚ, ਨਾਈਟ ਨਾਈਟ ਮੈਚ। ਕੁਲਦੀਪ ਫਰੋਮ ਧਰਮਸ਼ਾਲਾ ਬੈਟਿੰਗ ਕਰਦੇ ਹੋਏ, ਪਹਿਲੀ ਗੇਂਦ, ਔਰ ਪਹਿਲੀ ਗੇਂਦ ਚੜਾ ਦਿੱਤੀ ਤਾਂ ਕੋਠੇ ਦੇ, ਕੈਚ ਨਹੀਂ ਹੋਇਆ ਹੈਗਾ। 2 ਸਕੋਰ, ਬਹੁਤ ਹੀ ਖੂਬਸੂਰਤ ਸ਼ਾਟ। ਪਵੇਲੀਅਨ ਐਂਡ ਸੇ ਬੈਟ ਚੇਂਜ ਕਰਨ ਲੱਗਾ ਭਾਜੀ, ਇੱਕ ਹੋਰ ਬਾਲ, ਬਹੁਤ ਸੋਹਣਾ ਸ਼ਾਟ, ਔਰ ਜੇ 4 ਰਨ। ਗੇਂਦ ਟੱਪ ਗਈ ਗਰਾਊਂਡ ਤੋਂ ਬਾਹਰ। 2 ਬੋਲਾਂ 'ਚ 6 ਸਕੋਰ ਮਾਰਤੇ ਆ ਕੱਲੂ ਬਈਆ ਨੇ। ਇੱਕ ਗੇਂਦ ਹੋਰ, ਔਰ ਜੇ ਲੈਗ 'ਤੇ ਮਾਰਿਆ ਸ਼ਾਟ, ਬਹੁਤ ਹੀ ਖੂਬਸੂਰਤ। ਲੈ ਬਈ ਬਹੁਤ ਸੋਹਣੀ ਐਵਰੇਜ, ਬੇਗੋਵਾਲ ਜਾ ਕੇ ਤੇਰੀ ਟੋਕੇ ਵਾਲੇ ਤੇਲ ਦਾ ਮਾਲਿਸ਼ ਕਰਨੀ ਆਪਾਂ, ਤੂੰ ਵੀ ਕੀ ਯਾਦ ਕਰਿਆ ਤੇਰੀ ਸੇਵਾ ਹੋਈ ਸੀ। ਤੈਨੂੰ ਛਿਕੜਾ ਖਵਾਉਣੀਆਂ ਕੇਲੇ ਦੀਆਂ, ਚਾਰ ਚਾਰ। ਕਿੱਦਾਂ ਫਿਰ ਤੂੰ ਰੈਡੀ ਹੈ? ਮੈਂ ਤਾਂ ਰੈਡੀ ਹਾਂ, ਤਿਆਰ ਹੈ ਨਾ।
ਤਿਆਰ ਹੈ ਕਿਦਾਂ ਤੇ ਠੀਕ ਹੈ ਟੈਨਸ਼ਨ ਲੈਣੀ ਕਿਸੇ ਗੱਲ ਠੀਕ ਹੈ ਮੇਰੀਆਂ ਪੂਰੀਆਂ ਬਦਦੁਆਵਾਂ ਤੁਹਾਡੇ ਨਾਲ ਨੇ ਤੁਸੀਂ ਜਿੱਦਾਂ ਪਹਿਲਾਂ ਕਰਾਉਂਦੇ ਸੀ ਉੱਦਾਂ ਇੱਥੇ ਬੇਇੱਜ਼ਤੀ ਕਰਾ ਕੇ ਜਾਓਗੇ ਵਾਈਟ ਬੋਲ ਵੱਡੀ ਵਾਈਟ ਮਹਾ ਵਾਈਟ ਸਾਡਾ ਕਾ ਬੋਲਰ ਹੈ ਰਿਸ਼ਵਤ ਲੈ ਕੇ ਛੱਕਾ ਖਾਂਦੇ ਲਾਸਟ ਬੋਲ ਤੇ ਤੈਨੂੰ ਇਹ ਤੇ ਤੈਨੂੰ ਨਹੀਂ ਪਤਾ ਵਾਈਟ ਬੋਲ ਸੀ ਇੱਕ ਲਗਨ ਪਰ ਚੱਲ ਜਾਓ ਜਾਣੇ ਕੀ ਭਾਈ ਵੱਡੀ ਸਾਡੀ ਇੱਕ ਵਜੇ ਟੁੱਟ ਗਈ ਹੈ ਕੱਲੂ ਭਈਆ ਹੜਿਆ ਉਟੋ ਗਣੇ ਰਾਨਾ ਉਟੋ ਗਣੇ ਕੱਲੂ ਭਈਆ ਹੱਥ ਤੇ ਗੇਂਦ ਵੱਜੀ ਸੀ ਤੇ ਆਈ ਆਈ ਨਿਕਲ ਗਈ ਮੂੰਹ ਚੋਂ ਤੇ ਨਾਲੇ ਰਾਨਾ ਉੱਟ ਗਏ ਭਾਜੀ ਗੇਂਦ ਦਾ ਤੇ ਨਹੀਂ ਆਉਂਦੀ ਨਹੀਂ ਨਹੀਂ ਠੀਕ ਹੈ ਨਾ ਗੇਂਦ ਮਜ਼ਾ ਆਉਂਦਾ ਪੂਰਾ ਖੇਡਣ ਮਜ਼ਾ ਤਾਂ ਠੀਕ ਹੈ ਆਹ ਕਿਹੜਾ ਮਜ਼ਾ ਆ ਮਾਝਾ 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 ਕੋਈ ਨਹੀਂ ਮਾਝਾ ਪਿਆਵਾਂਗੇ ਉਹ ਚੱਲ ਪਿੱਛੇ ਬਚਾ ਹੋ ਗਿਆ ਗੇਂਦ ਚੱਲੀ ਸੀ ਬਾਹਰ ਆਪਾਂ ਲਾਈਵ ਨਹੀਂ ਕਰ ਸਕਦੇ ਕਿਉਂਕਿ ਇੱਥੇ ਜਗ੍ਹਾ ਨਹੀਂ ਹੈਗੀ ਲਾਈਵ ਵਾਲੀ ਕਰਕੇ ਆਪਾਂ ਕਮੈਂਟਰੀ ਸੁਣੀ ਜਾਂਦੇ ਹਾਂ ਨੇਗੀ ਦੀ ਬੈਟਿੰਗ ਆ ਗਈ ਹੈ ਨੇਗੀ ਦਾ ਬਹੁਤ ਖੂਬਸੂਰਤ ਸ਼ਾਟ ਲੇਕਿਨ ਗੇਂਦ ਉਹਨੇ ਮਿਸ ਕਰ ਦਿੱਤੀ ਇਹਦੀ ਸਰਵਿਸ ਹੋਣ ਵਾਲੀ ਹੈ ਓਏ ਹੋਏ ਫੇਰ ਬਾਲ ਮਿਸ ਇੱਕ ਵਾਰੀ ਬੈਲ ਖੜਾ ਕਰ ਇੱਕ ਵਾਰੀ ਇਹ ਭਾਜੀ ਸਬੂਤ ਨੇ ਜਾ ਕੇ ਆਪਣੇ ਕੋਚ ਨੂੰ ਵਿਖਾਣੀ ਹੈ ਫੇਰ ਬਹੁਤ ਹੀ ਖੂਬਸੂਰਤ ਗੇਂਦ ਸੀ ਲੇਕਿਨ ਮਿਸ ਕਰ ਦੀ ਮੋਢੇ ਲੱਗਾ ਇਸ ਕੇ ਕਾਨੋਂ ਪੇ ਛੜਨੇ ਵਾਲੀ ਹੋਈ ਹੈ ਗਰਾਊਂਡ ਦੇ ਬਾਹਰ ਬਾਬਾ ਬੱਕਰੀ ਚਾਰਦਾ ਪਏ ਹੈ ਗਰਾਊਂਡ ਦਾ ਸੀਨ ਦੇਖ ਲਓ ਹਾਂਜੀ ਨੇਗੀ ਜੀ 37 ਗੇਂਦਾਂ ਖੇਡ ਕੇ 3 ਸਕੋਰ ਮਾਰ ਕੇ ਆ ਗਏ ਨੇ ਹਾਂਜੀ ਭਾਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਪੁੱਛਿਆ ਸਾਡੇ ਤੇ ਬੋਲ ਰਹੀ ਤੂੰ ਵੇਖ ਕਿਹੜੀ ਵੱਜੀਆਂ 2 ਗੇਂਦਾਂ ਵੱਜੀਆਂ ਇਹ ਕਿੱਦਾਂ ਦਾ ਮਹਿਸੂਸ ਹੋ ਰਿਹਾ ਭਾਜੀ ਤੁਹਾਨੂੰ ਵਧੀਆ ਭਾਜੀ ਵਧੀਆ 6 ਵਾਲਾ ਚ 25 ਰਨ ਨੇ ਮੇਰੇ ਬਹੁਤ ਹੀ ਵਧੀਆ ਚੱਲ ਚੱਲ ਸਰ ਬਹੁਤ ਹੀ ਸੋਹਣਾ ਮੁੰਡਾ ਖੇਡਦਾ ਤਾਂ ਸੋਹਣਾ ਹੈ ਤੁਸੀਂ ਵੇਖਣਾ ਥੋੜੀ ਹੋ ਤੁਸੀਂ ਕਰੋ ਦੂਜੀ ਬੋਲੇ ਹੋ ਮਣੀ ਵੀ ਆਊਟ ਹੋ ਗਿਆ ਏ ਹਾਂਜੀ ਬੜੇ ਗੇਂਦ ਨੇ ਛੱਕਾ ਮਾਰਿਆ ਗੇਂਦ ਗਵਾ ਲਈ ਏ ਯਾਰ ਗੇਂਦਾਂ ਤੁਸੀਂ ਗੇਂਦਾਂ ਲੈ ਕੇ ਨਹੀਂ 3-4 ਹੋਰ ਲੈ ਕੇ ਨਹੀਂ ਗੇਂਦਾਂ ਤੇ ਕਿੱਟ ਜੇ ਹੈ ਹੀ ਨਹੀਂ ਕਿੱਥੋਂ ਲਿਆਵਾਂ ਸਾਰਾ ਸਮਾਨ ਮੇਰਾ ਚੋਰੀ ਕਰ ਲਿਆ ਗਿਰ ਜਣਾ ਨੇ ਕਦੀ ਕੋਈ ਬੈਡ ਕੱਢ ਕੇ ਲੈ ਕੇ ਕੁੱਖ ਲੈ ਆਈ ਕੋਈ ਨਹੀਂ ਤੈਨੂੰ ਕਿਆ ਬੋਲਿਆ ਲੈ ਕੇ ਤੂੜਾ ਲੈ ਭਰਾ ਸਾਡਾ ਨਹੀਂ ਚੋਰੀ ਅਸੀਂ ਚੋਰੀ ਕੀਤਾ ਅਸੀਂ ਚੋਰੀ ਕੀਤਾ ਅਸੀਂ ਮੈਨੂੰ ਲੱਗਦਾ ਮੈਚ ਇੱਥੇ ਸਾਡਾ ਖਤਮ ਹੋ ਜਾਣਾ ਇੱਥੇ ਮੈਚ ਡਰਾ ਹੋ ਜਾਣਾ ਸਾਡਾ ਉਹਨੇ ਕੁੱਟ ਵੀ ਨਾ ਮੁੰਡਾ ਵਾਰੇ ਦਿੱਤੇ ਨਾਲੇ ਹੈ ਲਾਗੂ ਹੋਇਆ ਕੀਤਾ ਵੀ ਡਰ ਹਾਂ ਉਹ ਤੇ ਆਇਆ ਮੈਂ ਜੋ ਭੱਜ ਗਿਆ ਸੀ ਮੈਂ ਕਿਹਾ ਲੈ ਬਾਬਾ ਵਧੀਆ ਬਾਬਾ ਕੋਈ ਜਿੱਤੀ ਨਹੀਂ ਫਿਰੀ ਮੈਂ ਕਿਹਾ ਵਰਗਾ ਸ਼ਾਉਣ ਮੈਚ ਆ ਗਿਆ ਕਹਿੰਦੇ ਇੱਥੇ ਕਿੱਥੇ ਕਾਲਜ ਅੱਜ ਉਹ ਦੂਜਾ ਫਾਈਨਲ ਮੈਚ ਅੱਜ ਉਹ ਕਹਿੰਦਾ ਜੇ ਫੋਨ ਲਾ ਕੇ ਪੁੱਛਣਾ ਮੈਂ ਅਜੇ ਤੱਕ ਦੱਸਿਆ ਨਹੀਂ ਹੈਗਾ ਉਹਨਾਂ ਨੇ ਕੀ ਕਹਿੰਦੇ ਕਿ ਜਿੱਥੇ ਮਰਜ਼ੀ ਜਗ੍ਹਾ ਦੱਸ ਕਿੱਥੇ ਲਾਉਣਾ ਸਾਰੇ ਟੱਬਰ ਨਹੀਂ ਆਏ ਹੁੰਦੇ ਕਿ ਜਿੱਥੇ ਮਰਜ਼ੀ ਮੈਂ ਪਹਿਲਾਂ ਬੰਦੇ ਸਾਡੇ ਸਾਰੇ ਪਹੁੰਚਣਗੇ ਭਾਈ ਅੰਡਰ 19 ਮੈਂ ਅੰਡਰ 14 ਜਾਣਾ ਅਸੀਂ ਤਾਂ ਅੰਡਰ 50 ਵੀ ਨਹੀਂ ਜਾਣਾ ਹੈਗਾ ਅੰਡਰ 19 ਮੈਚ ਹੈ ਪਹਿਲਾ ਰਤੂਲ ਵਾਲੀ ਦੇਖ ਕੇ ਕਰਾਵਾਂਗੇ ਲਾਸਟ ਵਾਲੀ ਓਵਰ ਜਦੋਂ ਮੈਚ ਫਸੇ ਘਾਟਾ ਜਦੋਂ ਉਹਨਾਂ ਰਹਿ ਗਏ 6 ਓਵਰ ਰਹਿ ਗਏ ਫਿਰ ਇਹਨੂੰ ਓਵਰ ਦੇਵਾਂਗੇ ਗੇਂਦ ਵੇਖੋ ਜੀ ਆਹ ਹੁਣ ਬੈਟਸਮੈਨ ਗਿਆ ਇਹ ਵੇਖੋ ਕੀ ਗੋਲ ਖਿਲਾ ਰਿਹਾ ਗਾਂ ਜਾ ਕੇ ਓ ਲਓ ਜੀ ਪਹਿਲੀ ਬਾਲ ਨੇ ਕਢਿੱਕ ਕੀਤੀ ਆ ਇਹ ਭਾਜੀ ਇਹ ਟੈਸਟਮੈਨ ਹੀ ਹੈਗਾ ਇਹਦਾ ਬੇਇੱਜ਼ਤੀ ਬਹੁਤ ਫੇਰ ਹੋਏਗੀ ਇੱਥੇ ਓ ਵੈਰੀ ਗੁੱਡ ਸ਼ਾਬਾਸ਼ ਬੋਲਾਂ ਥੋੜੀਆਂ ਜੀ ਮਗਰ ਕੋਈ ਨਹੀਂ 10 ਓਵਰ ਨੌਵਾਂ ਨੰਬਰ ਖੇਡਣਾ ਓ ਹੋਏ 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 ਵਾਈਟ ਬਾਲ ਆ 3 ਬਾਲਾਂ ਖਾ ਗਿਆ ਆ ਦੇਖੋ ਜੀ ਲਓ ਜੀ ਚੱਲ
वाइड बॉल इधर देनी भाई लगे प्यार ने ओ शाबा तेरे शाबा 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 लो जी रवा छे किन्ने ओवर हो गए ने किन्ने ओवर किन्ने स्कोर स्कोर शेयर स्कोर सन्नी ने छक्का मारा बड़ा वधिया बहुत ही खूबसूरत छक्का सन्नी एक छक्का मारा ए बॉल मिस ओए खत्म मारी रवी का डी नहीं खत्म हो गई है 10 ओवर 6 स्कोर स्टार का टारगेट है चलो आजो गाइस आजो गाइस 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 आजो बैटिंग नहीं देती इन्होंने तू ओवर ला पहला कुछ नहीं होता पहला ओवर नहीं लाना तू ही खड़ा हो पहला भाई यार बंदा ला लो ना टोंड आ गई है अहे लगा लगे आओ से लग दे भाई बड़ा बंदा आ रहा है पिछला ना ओए अपना ओवर कितने कितने 10 ओवर 6 स्कोर चल कीपर मैं लगा टेंशन लेनी आप जज जाना कीपर हड़े के बाद वज मनी भाई पहले ही नहीं लगा रखे कीपर लगना है बीमार बंदा कीपर लगना है बीमार बंदा भगवानपुरी है मैं शाम भगवानपुरे भगवानपुर से ग्राउंड है साड़ी बॉलिंग पहला ओवर पहली बॉल शाबाश 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 एक विकेट उड़ गई बल्ले चक वाले दी दो के तीन स्कोर सारे फील्डिंग चेंज करता पा बॉलर शक्तिमान आ गए शक्तिमान छक्का मार के बोलना बताओ ना हो की चौड़ा ना बोला छक्का मार के चल जल्दी पाया ओ जे भी तो घट खाते ना कुट पैनी है तो काका पिछे लगा ਲਾਵੀ ਮੁੰਡੇ ਨੇ ਗੇਂਦ ਮਾਰੀ ਏ ਪਹਿਲੀ ਓ ਛੱਕਾ ਗੇਂਦ ਬਾਹਰ ਗਰਾਊਂਡ ਤੋਂ ਪਿੱਛੇ ਪਾਣੀ ਲੱਗਾ ਪੈਲੀ ਵਿੱਚ ਤੇ ਗੇਂਦ ਦਾ ਮੁਸ਼ਕਲ ਹੀ ਏ ਉਹ ਨਹੀਂ ਲੱਭਣੀ ਇੱਥੋਂ ਨੇਗੀ ਨੂੰ ਛੱਕਾ ਪੈ ਗਿਆ ਮੈਂ ਕਿਹਾ ਆ ਗਈ ਅੱਜ ਛੱਕਾ ਆਇਆ ਸੀ ਤਾਂ ਮੈਂ ਥੱਲੇ ਸੁੱਟਦਾ ਸੀ ਕੈਮ ਫੋਨ ਥੱਲੇ ਸੁੱਟਦਾ ਸੀ ਸਾਡਾ ਮੈਚ ਫਸ ਗਿਆ 11 ਗੇਂਦਾਂ 'ਚ 25 ਸਕੋਰ ਆ ਗਿਆ ਉਹਨਾਂ ਨੂੰ ਦੇਖੋ ਹੁਣ ਕੀ ਬਣਦਾ ਇੱਕ ਗਰਾਊਂਡ ਨਾ ਸਹੀ ਜੀ ਨਹੀਂ ਹੈਗੀ ਤਾਂ ਕਰਕੇ ਵੀਡੀਓ ਨਹੀਂ ਸਹੀ ਬਣਦੀ ਪਈ ਉਹਨਾਂ ਦੇ ਰਹਿ ਗਏ ਨੇ 25 ਸਕੋਰ ਰਹਿ ਗਏ 11 ਗੇਂਦਾਂ 'ਚ ਚੱਲਦਾ ਪਿਆ ਪਹਿਲੀ ਗੇਂਦ ਹੋ ਗਈ ਹੈ ਗਰਾਊਂਡ ਨਹੀਂ ਐਡੀ ਖਾਸ ਹੈਗੀ ਤਾਂ ਕਰਕੇ ਮਜ਼ਾ ਜਿਹਾ ਨਹੀਂ ਆਉਂਦਾ ਪਿਆ ਲੱਭ ਗਈ ਗੇਂਦ ਚਲੋ ਫਿਰ ਕਰਾ ਯਾਰ ਭਾਈ ਉਹਨਾਂ ਦੀ ਪੈਰ 'ਚ ਆ ਗਈ ਗੇਂਦ ਮੈਚ ਫਸ ਗਿਆ ਮੈਚ ਪੂਰਾ ਫਸ ਗਿਆ ਇਹ 4 ਗੇਂਦਾਂ 'ਚ 22 ਸਕੋਰ ਰਹਿ ਗਏ ਨੇ ਮੈਚ ਤਕਰੀਬਨ ਆਪਣੇ ਹੱਥੇ ਭਾਈ ਮੈਚ ਜਿੱਤ ਗਏ ਆਪਾਂ 22 ਸਕੋਰਾਂ ਨਾਲ ਕਿਹੜਾ ਪ੍ਰੋ ਆ ਸਾਡਾ ਬੰਦਾ ਏਦਾਂ ਦਾ ਇੱਕ ਛੱਕਾ ਮਾਰ ਕੇ ਤੇ ਸਾਨ ਕਰਦਾ ਵਾ ਸਾਡੇ ਦੇ ਦੋ ਕੈਚ ਵੀ ਛੱਡੇ ਤਿੰਨ ਕੈਚ ਛੱਡੇ ਨੇ ਤਿੰਨ ਛੱਡੇ ਨੇ ਤਿੰਨ ਕੈਚ ਛੱਡੇ ਇਹ ਸਾਡੀ ਵਿਨਿੰਗ ਪ੍ਰਾਈਜ ਕਾਕਾ ਤਾੜੀਆਂ ਕਾਕਾ ਦੇ ਨਾਂ ਤੇ ਲਾ ਜੀ ਮੈਚ ਜਿੱਤਿਆ ਜੀ ਪਾਰਟੀ ਕਰਨ ਲੱਗੇ ਆ ਕਿੱਥੇ ਛਿੰਬਿਆਂ ਦੇ ਢਾਬੇ ਤੇ
ਆਪਣੇ ਬੰਦੇ ਦੀ ਵੇਟ ਕਰਨੇ ਪਏ ਆ ਤੇ ਫਿਰ ਦੇਖਨੇ ਆਣ ਕੀ ਬੰਦਾ ਕੀ ਖਾਣਾ ਸਲਾਹ ਕਰਨੇ ਪਏ ਆ ਕੀ ਖਾਣਾ ਦੱਸ ਉਹਨੂੰ ਉਹ ਵੀ ਲਾਇਆ ਜੂਸ ਵੀ ਜੂਸ ਉੱਤਰ ਗਿਆ ਉਹਨੇ ਯਾਰ ਉੱਥੇ ਜਾਣਾ ਹਸਪੀਟਲ ਉਹਦਾ ਨਾ ਕੋਈ ਬੰਦਾ ਉੱਥੇ ਉਹਦੇ ਯਾਰ ਬੰਦੇ ਹੈਗਾ ਉੱਥੇ ਨਾ ਚਲੀ ਫਿਰ ਕਿੱਥੇ ਜਾਣਾ ਤੁਸੀਂ ਅਗਲਾ ਪਾਰਟੀ ਕਰਨ ਲੱਗਾ पिछे साडे तीन खिलाड़ी आंदे आ तीन खिलाड़ी साडे चल गए जिथे जावा गड्डी पिछे ने मगर आए उधर पिछे आंदे खिलाड़ी दिखाओ बंदा हटा मैच हरा लगा ही इन्हें तनखा नहीं मिली तीन महीने की तनखा देनी आप नाका तो घट लगा तीन से तीन छे इन्हें मेरे 500 को 500 और पाना पे थल नान कोक छोटी चल हम अगे चल के दसना वा शुरू कर लगा जी शुरू कितने तारियां नहीं जा टाइम ही ना टाइम कुछ नहीं ना लगा जे भाई है ही नहीं नान कि ढाबे को बचलने परौंठे ढाबे को ढाबे को हाँ नान होने ढाबे को नान है ढाबे को हाँ नान ही होने परौंठे भी होने लगे वेलो की खाना नान खाने यार चले ढाबे को ढाबे को कत नहीं आया चल कोई नहीं जूस पी लगे क्रिकेट खेडदा हुंदा आहो बजाना शेक साड़ी एनर्जी लो हुई है एनर्जी फास्ट कर जूस पिया लानता वा जूस पी लिया होना दूजा प्राइज 4400 रुपया अंडर 19 टीम है 4400 पक्का आना जिदा मर्जी जो भी है जितना 800 मार्केट बंद होंगी है सलाह करते पे ने हर संडे बंद हर ऐतवार हाँ एक छुट्टी जरूरी यार आओ है ना थोड़ी माइंड फ्रेश हो जाता है रेस्ट मिल जाती है ऐतवार सोमवार जलंधर बोल रहे हैं